ਆਹੇ ਨੂੰ ਕੋਈ ਕਹਿੰਦਾ ਆਸ਼ਕਾਰ ਨੂੰ ਚੱਲੀਏ ਉਹ ਕਹਿੰਦਾ ਜਿਹੜਾ ਮੇਰਾ ਹੈਗਾ ਇਹੀ ਬਚ ਜਾਵੇ ਤਾਂ ਸਾਨੂੰ ਤਾਂ ਇੰਨੀਓਂ ਬਹੁਤ ਹੈ ਸਾਨੂੰ ਦੁੱਗਣੀ ਦੀ ਕੋਈ ਲੋੜ ਨਹੀਂ ਜੀ ਇਹਦੇ ਦੀ ਵਰਲਡ ਦਾ ਸਭ ਤੋਂ ਇੱਕ ਨੰਬਰ ਗੱਪੀ ਪ੍ਰਧਾਨ ਮੰਤਰੀ ਅਸੀਂ ਤਾਂ ਸਿੱਖ ਦੇ ਉੱਤੇ ਇਤਵਾਰ ਨਹੀਂ ਕਰਦੇ ਬੀਜੇਪੀ ਵਾਲਿਆਂ ਦੀ ਐਸੀ ਕੀ ਤੇਸੀ ਦੱਲੇ ਤਾਂ ਇਹ ਆਪ ਨੇ ਪਰ ਇਹ ਮੰਗਾਂ ਨਹੀਂ ਸਾਡੀਆਂ ਮੰਗਾਂ ਮੰਗਤੇ ਮੰਨਦੇ ਹੁੰਦੇ ਨੇ ਅਸੀਂ ਆਪਣੇ ਹੱਕ ਲੈਣੇ ਨੇ ਆਜ਼ਾਦੀ 'ਚ ਸਾਡਾ ਰੋਲ ਹੈ ਮਿੰਤਾਂ ਕਰਕੇ ਨਹੀਂ ਅਸੀਂ ਡੈਪਰ ਲਾ ਕੇ ਲੜਾਈ ਨਹੀਂ ਲੜਨੀ ਮਦਾਨੇ ਜੰਗ 'ਚ ਇਹਨਾਂ ਨਾਲ ਲੜਾਈ ਲੜ ਰਹੇ ਹਾਂ ਸ਼ਾਂਤੀਪੂਰਨ ਤੁਸੀਂ ਗੂਗਲ 'ਤੇ ਸਰਚ ਕਰ ਲਓ ਵੀ ਵਰਲਡਸ ਮੋਸਟ ਬੇਵਕੂਫ 'ਚ ਪੰਜਾਬੀ 'ਚ ਜੋ ਅੰਗਰੇਜ਼ੀ 'ਚ ਕਰਕੇ ਵੀ ਕੌਣ ਆ ਇਹਦੀ ਜਦੇ ਫੋਟੋ ਨਿਕਲੇ ਆਉਂਦੀ ਹੈ ਤਿੰਨ ਹਰਮੀ ਬੁੜੇ ਦੀ ਬਹੁਤ ਇੱਕੋ ਕਾਣਾ ਰਾਮਦੇਵ ਇੱਕ ਅੰਨਾ ਹਜ਼ਾਰੇ ਅਤੇ ਬਾਕੀ ਕੁਛ ਇਹਨਾਂ ਦੇ ਆ ਮੱਠਾਂ ਮੁੱਠਾਂ ਦੇ ਹਿੰਦੂ ਕਰਨ ਹਿੰਦੂ ਕਰਨ ਹਿੰਦੂ ਕਰਨ ਕਰਕੇ ਵੋਟ ਲੈ ਗਏ ਤੂੰ ਘੱਗਰੀ 'ਚ ਸਾੜੀ ਲਾ ਕੇ ਭੱਜ ਗਿਆ ਅਸੀਂ ਪੁੱਤ ਤੈਨੂੰ ਭੱਜਣ ਨਹੀਂ ਦੇਣਾ ਨੰਗਾ ਕਰ ਦਾਂਗੇ ਮੈਦਾਨ 'ਚ ਕਿਸੇ ਨੂੰ ਰੋਡ ਮਦਾਰੀ ਦੱਸਦਾ ਦੀ ਉਹ ਖੱਚਰ ਦੀ ਹਰਿਆਣੇ ਵਾਲੇ ਦੀ ਐਸੀ ਕੀ ਤੇਸੀ ਇਹੀ ਫੇਰ ਕੇ ਆਏ ਨੇ ਨੌਜਵਾਨ ਉਹਦੇ ਉੱਤੋਂ ਦੀ ਹਿੱਕ 'ਤੇ ਜੀ ਜਾਂ ਟਰੈਕਟਰ ਆਏ ਨੇ ਨਾ ਬੁੱਕ ਦੇ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ 'ਤੇ ਆ ਹਰ ਇੱਕ ਵਰਗ ਸਪੋਰਟ ਕਰ ਰਿਹਾ ਸਾਡੇ ਨਾਲ ਪਲਵਿੰਦਰ ਸਿੰਘ ਤਲਵਾੜਾ ਨੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਕਰਦੇ ਹਾਂ ਗੱਲ ਉਹਨਾਂ ਦੇ ਕੀ ਵਿਚਾਰ ਨੇ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸੈਂਟਰ ਸਰਕਾਰ ਦਾ ਜੋ ਰਵੱਈਆ ਹੈ ਹਰ ਇੱਕ ਵਰਗ ਕਹਿ ਰਿਹਾ ਕਾਨੂੰਨ ਰੱਦ ਕਰ ਦਿਓ ਪਰ ਨਹੀਂ ਕਹਿ ਰਹੇ ਨੇ ਉਹ ਆਮਦਨ ਦੁੱਗਣੀ ਹੋ ਜੂ ਕਿਸਾਨਾਂ ਦੇ ਹੱਕ 'ਚ ਨੇ ਕਿੱਦਾਂ ਸਾਨੂੰ ਕੋਈ ਦੁੱਗਣੀ ਦੀ ਲੋੜ ਨਹੀਂ ਸਾਹੇ ਨੂੰ ਕੋਈ ਕਹਿੰਦਾ ਆਸ਼ਕਾਰ ਨੂੰ ਚੱਲੀਏ ਉਹ ਕਹਿੰਦਾ ਜਿਹੜਾ ਮੇਰਾ ਹੈਗਾ ਇਹੀ ਬਚ ਜਾਵੇ ਸਾਨੂੰ ਤਾਂ ਇੰਨੀਓਂ ਬਹੁਤ ਹੈ ਸਾਨੂੰ ਦੁੱਗਣੀ ਦੀ ਕੋਈ ਲੋੜ ਨਹੀਂ ਜੀ ਇਹਦੀ ਦੀ ਇਹ ਆਪਣੀ ਆਪਦੇ ਕੋਲ ਹੀ ਰੱਖੇ 8% 8.8 ਸੀ GDP ਮਾਈਨਸ ਚਲੀ ਗਈ ਸਾਡੀ ਦੁੱਗਣੀ ਵੀ ਇਹੋ ਜਿਹੀ ਕਰਨ ਨੂੰ ਫਿਰਦਾ ਅੰਬਾਨੀਆਂ ਅਡਾਨੀਆਂ ਨੂੰ ਦੇ ਕੇ ਸਾਰੀ ਜਰਖੇਜ਼ ਧਰਤੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਫਿਰ ਕਿਵੇਂ ਦੁੱਗਣੀ ਹੋ ਗਈ ਬਈ ਨਾਲੇ ਇਹਦੇ 'ਤੇ ਇਤਵਾਰ ਕੌਣ ਕਰ ਲੂ ਵਰਲਡ ਦਾ ਸਭ ਤੋਂ ਇੱਕ ਨੰਬਰ ਗੱਪੀ ਪ੍ਰਧਾਨ ਮੰਤਰੀ ਅਸੀਂ ਤਾਂ ਸਿੱਖ ਇਹਦੇ 'ਤੇ ਇਤਵਾਰ ਨਹੀਂ ਕਰਦੇ ਕਹਿ ਰਹੇ ਨੇ ਬਈ ਜਿਹੜੇ ਬਾਰਡਰਾਂ 'ਤੇ ਬੈਠੇ ਨੇ ਇਹਨਾਂ ਦੇ BJP ਦੇ ਆਗੂ ਕੁਛ ਕਹਿ ਰਹੇ ਨੇ ਬਈ ਇਹ ਤਾਂ ਮੁੱਠੀ ਪਰ ਦਲਾਲ ਨੇ ਕਾਂਗਰਸ ਦੇ ਹੋ ਗਏ ਜਾਂ ਹੋਰ ਪਾਰਟੀਆਂ ਦੇ ਹੋ ਗਏ ਕੀ ਕਹਿੰਗੇ BJP ਵਾਲਿਆਂ ਦੀ ਐਸੀ ਕੀ ਤੇਸੀ ਦੱਲੇ ਤਾਂ ਇਹ ਆਪ ਨੇ ਦੇਸ਼ ਦਾ ਸਾਰੇ ਦਾ ਇਹ ਦਲਪਣਾ ਕਰਦੇ ਨੇ ਹਰੇਕ ਚੀਜ਼ 'ਚ ਕਮਿਸ਼ਨ ਖਾਂਦੇ ਨੇ ਬਾਹਰਲੇ ਦੇਸ਼ਾਂ 'ਚ ਜਾਣ ਦੇ ਲਾਇਕ ਨਹੀਂ ਰਹੇ ਕਦੇ ਜਹਾਜ਼ ਲਿਆਂਦੇ ਉਹਨਾਂ 'ਚ ਕਮਿਸ਼ਨ 400 ਕਰੋੜ ਦਾ ਮਨਮੋਹਨ ਸਿੰਘ ਨੇ ਜਹਾਜ਼ ਕਰਿਆ ਸੀ ਇਹ 1400 ਕਰੋੜ ਦਾ ਲੈ ਕੇ ਆਏ ਨੇ ਕੋਈ ਇਹਨਾਂ ਦੀ ਤੋਪ ਨਹੀਂ ਚੱਲਦੀ ਕੋਈ ਜਹਾਜ਼ ਨਹੀਂ ਚੱਲਦਾ ਸਾਰਾ ਪੁਰਾਣਾ ਸਮਾਨ ਖਰੀਦ ਰਹੇ ਹੁੰਦੇ ਨੇ ਵਿੱਚੋਂ ਕਮਿਸ਼ਨ ਖਾਂਦੇ ਨੇ ਇਹ ਸਾਰੇ BJP ਵਾਲੇ ਸਰਕਲ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰੇ ਹੀ ਦੱਲੇ ਨੇ ਇਹ ਤਾਂ ਕੰਮ ਕਰਨ ਵਾਲੇ ਕਿਸਾਨ ਨੇ ਵਿਚਾਰੇ ਥੋੜ੍ਹੀ ਥੋੜ੍ਹੀਆਂ ਜ਼ਮੀਨਾਂ ਵਾਲੇ ਹਾਂ ਅਸੀਂ 3-3, 4-4, 5-5 ਕਿੱਲਿਆਂ ਵਾਲੇ ਅਸੀਂ ਕਾਹਦੀ ਦਲਾਲੀ ਕਰਨੀ ਆ ਦੱਲੇ ਤਾਂ ਇਹ ਅੰਬਾਨੀਆਂ ਅਡਾਨੀਆਂ ਦੇ ਆਪ ਦਲਪਣਾ ਉਹਨਾਂ ਲਈ ਕਰ ਰਹੇ ਨੇ ਸਾਰੇ ਪੈਸੇ ਲੈ ਕੇ ਉਹਨਾਂ ਤੋਂ ਇੱਕ ਨਾ ਲੀਲਾ ਰਾਮ ਨੇ BJP ਦੇ ਵਿਧਾਇਕ ਨੇ ਉਹਨਾਂ ਨੇ ਕਿਹਾ ਹੈ ਬਈ ਜਿਹੜੇ ਇਹ ਕਿਸਾਨ ਨੇ ਇਹ ਤਾਂ ਖਾਲਿਸਤਾਨ ਦੇ ਨਾਰੇ ਲਾਉਣ ਲਈ ਬੈਠੇ ਨੇ ਇਹ ਤਾਂ ਇਹਦੀ ਸਾਰੀ ਭਾਗਡੋਰ ਆ ਜਿਹੜੀ ਖਾਲਿਸਤਾਨੀਆਂ ਦੇ ਹੱਥ 'ਚ ਹੈ ਬਿਲਕੁਲ ਨਹੀਂ ਜੀ ਇਹ ਜਿਹੜੀ ਸਿਰਫ ਤੇ ਸਿਰਫ ਇਹ 3 ਜਿਹੜੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਹੈ ਹੋਰ ਨਹੀਂ ਕੋਈ ਵੀ ਹੈਗੀ ਇਹ ਕਾਲੇ ਜਿਹੜੇ 3 ਕਾਨੂੰਨ ਨੇ ਕਾਲੇ ਉਹ ਰੱਦ ਕਰਾਉਣ ਵਾਸਤੇ ਹੈ ਨਾ ਕਿ ਕੋਈ ਖਾਲਿਸਤਾਨ ਦੀ ਤਾਂ ਗੱਲੇ ਨਹੀਂ ਹੋਈ ਅੱਜ ਤੱਕ ਕਦੇ ਇਹ ਤਾਂ ਇਹ ਬਣਾ ਕੇ ਜਿਵੇਂ ਸ਼ਹੀਨ ਬਾਗ 'ਚ ਕਹੀ ਗਏ ਨੇ ਹਰੇਕ ਨੂੰ ਕਹਿ ਦਿੰਦੇ ਨੇ ਯਾਰ ਪਾਕਿਸਤਾਨ 'ਚੋਂ ਫੰਡ ਆ ਗਿਆ ਕਿਸੇ ਨੂੰ ਕਹਿ ਦਿੰਦੇ ਨੇ ਚੀਨ 'ਚੋਂ ਆ ਗਿਆ 20 ਰੁਪਈਏ ਦਾ ਲੰਗਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਕਿਸਤਾਨ 'ਚ ਚਲਾਇਆ ਸੀ ਉਹੀ ਲੰਗਰ ਅੱਜ ਵਰਤ ਰਿਹਾ ਇਹਦਾ ਕੋਈ ਸੰਬੰਧ ਨਹੀਂ ਖਾਲਿਸਤਾਨ ਨਾਲ ਇਹ ਨਰੋਲ ਕਿਸਾਨਾਂ ਦਾ ਘੋਲ ਹੈ ਇਹ 3 ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਕਰਾਉਣੇ ਨੇ ਯਾਰ ਅਸੀਂ ਹਰ ਹਾਲਤ 'ਚ ਕਰਾਉਣੇ ਹੀ ਕਰਾਉਣੇ ਨੇ ਔਰ ਇਹ ਮੰਗਾਂ ਨਹੀਂ ਸਾਡੀਆਂ ਮੰਗਾਂ ਮੰਗਤੇ ਮੰਨਦੇ ਹੁੰਦੇ ਨੇ ਅਸੀਂ ਆਪਣੇ ਹੱਕ ਲੈਣੇ ਨੇ ਆਜ਼ਾਦੀ 'ਚ ਸਾਡਾ ਰੋਲ ਹੈ ਔਰ ਇਹ ਕਾਲੇ ਕਾਨੂੰਨਾਂ ਦੀ ਗਰਦਨ 'ਤੇ ਗੋਡਾ ਰੱਖ ਕੇ ਕਰਾਵਾਂਗੇ ਮਿੰਤਾਂ ਕਰਕੇ ਨਹੀਂ ਅਸੀਂ ਡੈਪਰ ਲਾ ਕੇ ਲੜਾਈ ਨਹੀਂ ਲੜਨੀ ਮਦਾਨੇ ਜੰਗ 'ਚ ਇਹਨਾਂ ਨਾਲ ਲੜਾਈ ਲੜ ਰਹੇ ਹਾਂ ਸ਼ਾਂਤੀਪੂਰਵਕ ਹੰਸਰਾਜ ਦਿੱਲੀ ਦੇ ਏਰੀਏ 'ਚ ਪ੍ਰਚਾਰ ਕਰ ਰਹੇ ਨੇ ਕਾਨੂੰਨਾਂ ਦਾ ਵੀ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨੇ ਚੰਗੇ ਨੇ ਉਹ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਜਿਹੜੀ ਨਰਿੰਦਰ ਤੋਮਰ ਵੱਲੋਂ ਚਿੱਠੀ ਆਈ ਆ ਉਹ ਚੰਗੀ ਤਰ੍ਹਾਂ ਪੜ੍ਹ ਲੈਣੀ ਚਾਹੀਦੀ ਆ ਕਿ ਇਹਨਾਂ ਕਾਨੂੰਨਾਂ ਦਾ ਫਾਇਦਾ ਹੋਊਗਾ ਉਹ ਤਾਂ ਯਾਰ ਕਹੂਗਾ ਹੀ ਉਹ ਤਾਂ ਨਿਹਾਇਤ ਘਟੀਆ ਬੰਦਾ ਪੰਜਾਬ 'ਚ ਉਹਨੇ ਕਈ ਚੋਣਾਂ ਲੜਨੀਆਂ ਜਿੱਤਿਆ ਨਹੀਂ ਜਿਹੜੇ 4 ਉਹਨੇ ਪੈਸੇ ਨੱਚ ਟੱਪ ਕੇ ਕੰਜਰਖਾਨਾ ਕਰਕੇ ਬਣਾਈ ਤੀ ਉਹਦੇ ਪੋਲੀਟੀਸ਼ੀਅਨ ਖਾ ਗਏ ਇਹਨਾਂ ਨੂੰ ਦਿੱਤੇ ਹੋਣੇ ਨੇ EVM ਨੇ ਉਹ ਜਿਤਾ ਤਾ ਉਹ ਕਿਹੜਾ ਬੰਦਿਆਂ 'ਚੋਂ ਬੰਦਾ ਇਹੋ ਜਿਹੇ ਬੰਦੇ ਦੀ ਤਾਂ ਗੱਲੇ ਨਾ ਯਾਰ ਕਰਿਆ ਕਰੋ ਇਸ ਸੰਘਰਸ਼ ਨਾਲ ਉਹਦੀ ਔਕਾਤ ਹੀ ਕੋਈ ਨਹੀਂ ਹੈ ਵੀ ਉਹ ਗੱਲ ਕਰ ਲੂ ਵੱਟਾਂ 'ਤੇ ਕਦੇ ਲੋਕ ਚੜੇ ਨਹੀਂ ਨੱਕੇ ਇਹਨਾਂ ਨੇ ਛੱਡੇ ਨਹੀਂ ਕੰਮ ਇਹਨਾਂ ਨੇ ਕਦੇ ਕੀਤਾ ਨਹੀਂ ਦਲਪਣਾ ਕਰਦੇ ਨੇ ਚਮਚਾ ਹੈ ਉਹ ਸਭ ਤੋਂ ਬੜਾ ਪੰਜਾਬ
कदे कहिंदे ने पंजाब च सरकार बनावांगे, निकल के तो देखण यार बाहर इन्हां दे गोडे नाल कुटदी है, असीं समझदे की ने साडियां जमीनां हथिया के पंजाब च चोणा लड़न दवांगे असीं इन्हां नूं, क्यों झूठ बोलते हैं सारा कुछ नहीं इन्हों के पल्ले। रात इतने एक RSS का एजेंट भी फड़िया गया, उन्होंने फिर कुंडली थाने च लैके गए हैं। इदा के बंदे संघर्ष में ढाल आने लिए भेजते रहते हैं, पहला भी कई इदा शरारती अंसर फड़े गए हैं, की कहें पहला भी देखो फड़िया एक RSS का बंदा, वो कार्ड निकलिया को पाकिस्तान के नारे लाता से, पाकिस्तान यदा की संबंध है ज खालिस्तान का की संबंध है, नरोल किसानी का यह साडा मुद्दा है, वो जोड़े बिल तीन बनाए ने इन्होंने वो रद्द कराने का मुद्दा है, बाकी तो यह आप ये चाहते हैं भी तोड़ मरोड़ कर दीए कुछ कर दीए, ये गुरु गोबिंद सिंह महाराज की वो है कुछ भी नहीं ये कर सकते, झूठ ना थोड़ो चलना हों, असी तो सच की हक की लड़ाई लड़ रहे हैं, वो असी लड़ते ही रहना जित के जाना है बस। इतों नरेंद्र मोदी को किस तरह देखते हो, कल रकाबगंज साहब नतमस्तक होए ने कह रहे हैं असी तो लोगों के भले लिए आए हैं, साध बंद की कहेंगे, वह गप्पी बंदा यार वह कहो उन्हें तो सारे वर्ल्ड च इस भारत का बदनामी करती, बीमारी आई करोना कहिंदा ताड़ियां बजा दो, ताड़ियां खुसरे बजाते होंगे ने, असी कहते बजाइए ताड़ियां खुसरे की जोड़े वो बजाते रहे नाल साढ़े अकाली रल गए, वो थालियां खड़काउन लग गए, फिर करोना की बीमारी दान कहिंदा मोमबत्तियां जगा दो, एक बीमारी है इहदा यार पता ही नहीं लगता की हो गया, बेवकूफ बंदा, तुसी गूगल ते सर्च कर लो भी वर्ल्ड्स मोस्ट बेवकूफ जो पंजाबी जो अंग्रेजी करके भी कौन है, यदि जदे फोटो निकले आती है, कोई कोई ये सच अतवार नहीं कर सकते, कोई अज तक इन्हें तुसी ये देखो ये तो EVM की देन ने, GST चो की निकलिया, नोटबंदी चो की निकलिया, काले कानूनों चो की कढ लैणगे, इन्हों यार पता ही नहीं, अनपढ़ बंदे ने, ये तो कुछ भी नहीं है, ये तो बस एको तीन हरामी बुढ़े थी बहुत, एको काणा रामदेव, एक अन्ना हजारे, तो बाकी कुछ इन्हों के आ मठा मुठा के हिंदू करन करके वोट लगे, साडे इन्हों वद हिंदू वीर वद दुखी ने इन्हों तो, कोई कारोबार नहीं चलता, कोई उन्हों की दुकानदारी नहीं चलाई, असी तो मरदे मरदे भी 5 साल कढ लाँगे, इन्हों तो इन्हों जे रगड़ते ना इन्होंने अपनी बरादरी वाले उन्होंने तो 6 महीने नहीं बेचारिया तो निकलने, इसलिए ये देश वालों रिजैक्टड लोग ने, यह EVM की देन ने कले EVM राही EVM अज रख के चोणा करा दो, जो जमानत इन्होंने यार जब्त हो गई, इन्होंने खड़ना ही नहीं, रामदेव फिरदा खेती करने नू, रामदेव नू ये नहीं पता भी दिल्ली वाले धरने तो तू घगरी चा साड़ी ला के भज गया, असी पुत तेनू भजन नहीं देना, नंगा कर दांगे मैदान च, इस करके ये कोई इन्हां दी है नहीं गल। गुरुद्वारे नतमस्तक होए ने ते ओ कह रहे ने पंजाबियों लई जिहड़ा भी कुछ करिया सिख इतिहास लई जो भी उन्होंने करिया माड़ा मोटा वह गणाउण लग गए ने, हुण की कहेंगे ओ। देखो ड्रामेबाज बंदे ने ड्रामा ही करना होंदा, उस वेले देखो गुरु ने कला कहे जी वरताई है, शब्द केड़ा चल रहा सी, वो शब्द सुनो उहदे नाल इहदी तुलना कर दो, इसे तरह एक बार सुखबीर बादल उन्हीं चले गए दरबार साहब मत्था टेकन, उत्थे शब्द चलिया चल पिया कुत्ता राज बहालिया पिया चक्की चट्टे, वह गुरु आपे फैसला कर दिंदा, लोड़े नहीं यदा भी करता, डुप्लीकेट सिख जे करके खड़े, देखो किड्डी हैरानी की गल उन्होंने सिखा ली जिन्होंने इनू सैल्फी खिंची है जनू उ सरोपा पाया, सारा साडा पंजाब सारा सिख सारा हरियाणा रोड़ा ते बैठा बच्चे तो लैके 80 साल तक, इनू बुलाना ही नहीं चाहिए उत्थे गए नू, फिर गल दी ये हो सकता इन्होंने आप दी पगां पुगां बन के जिहड़े RSS वाले ने उही उत्थे भेजे हुण भी यार कदी फोटो खिचा लियो, शब्द ये देखो गुरु साहब ने की कृपा करी है कहे जिहा आ, सानू इहदी परवाह नहीं, असीं इहनू की समझदे आ यार। जिहड़े पंजाब दे नौजवान नू कहा जा रहा सी कुराहे पै गया नशियां च गर्क हो गया, अज पंजाब दा नौजवान बैठा उरे बैठा की कहेंगे इहनां नू, देखो ये कहिंदा सी मेरा 56 इंच दा सीना है, इन्हें कितने सिद्ध नहीं करिया, चीन ने किन्ना एरिया दब लिया कि ये होया कुछ भी नहीं, एक झूठा मूठा जहा सर्जिकल स्ट्राइक कही जाता है करिया ने पता नहीं वो होया कुछ का नहीं, नहीं जहाज़ तो आपे गिर गुर के हो गए पता ही आपां, इस करके जेडे नौजवानों ये नशेड़ी दसते सी प्रवास करके दसते सी चिट्टे वाले दस गए सी बेरोजगार दसते थी आ बैठा यदि हिक ते चढ़िया किसी नूं रोड मदारी दसदा थी और खच्चर दी हरियाणे वाले दी SC की तैसी यही फेर के आए ने नौजवान उदे उतों दी हिकते जी जां ट्रैक्टर आए ने ना बुक दे मुड़के दिखिया हरियाणे वाला किते नहीं लभिया, सारा हरियाणा साडे नाल आ, सारा हरियाणा कह रहा SYL नहीं सानू चाहीदी, ये वोटां वास्ते इन्हां ने मुद्दे बनाए हुए ने, ये दूर हो जाने ने असीं तां पंजाब हरियाणा इक्को हो जाणा, सानू इन्हां दी लोड़े नहीं।
ਹੁਣ ਵੀ SOIL ਦਾ ਮੁੱਦਾ ਚੱਕ ਰਹੇ ਨੇ ਦੇਖ ਰਹੇ ਨੇ ਵੀ ਇਹ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾ ਲਈ ਜਾਵੇ। ਉਹ ਯਾਰ ਇਹ ਜੁੱਤੀਆਂ ਖਾਣ ਦੇ ਆਦੀ ਨੇ, ਉੱਥੇ SOIL ਦੇ ਮੁੱਦੇ ਤੇ ਇਹਨਾਂ ਨੇ ਲਾਇਆ ਮੋਰਚਾ, ਕਿੰਨੀ ਜਗ੍ਹਾ ਕੁੱਟ ਪਈ, 20-20 ਬੰਦੇ ਨਹੀਂ ਸੀ, ਸਾਰਾ ਹਰਿਆਣਾ ਤਾਂ ਇੱਥੇ ਬੈਠਾ ਸਾਡੇ ਨਾਲ ਸੰਘਰਸ਼ ਕਰ ਰਿਹਾ, ਜ਼ਮੀਨਾਂ ਤਾਂ ਉਹਨਾਂ ਦੀਆਂ ਵੀ ਖੋ ਰਹੇ ਨੇ। ਇਹ ਤਾਂ ਯਾਰ ਹਿਟਲਰ ਦੀ ਸੋਚ ਹੈ ਇਹਨਾਂ 'ਚ, ਇਹ ਤਾਂ ਇਹ ਕਹਿੰਦੇ ਨੇ ਵੀ 13-14 ਜਿਹੜੇ ਘਰਾਣੇ ਨੇ ਉਹਨਾਂ ਨੂੰ ਸਾਰਾ ਕੁਛ ਸੰਭਾਲ ਦਈਏ, ਆਪਣੇ ਲੋਕ ਜਿਹੜੇ ਆਪਾਂ ਸਾਰੇ ਆਪਾਂ ਨੂੰ ਰੋਟੀ ਮਿਲ ਜਾਵੇ ਉਹੀ ਇਹਨਾਂ ਨੂੰ ਵਿਕਾਸ ਲੱਗੀ ਜਾਵੇ। ਪਰ ਹੁਣ ਇਹ ਅੰਤ ਹੈ, ਆਖਰ ਤਾਂ ਇਹਦੇ ਮੂਹਰੇ ਖੜ੍ਹਨਾ ਹੀ ਪੈਣਾ ਦੀ, ਖੜ੍ਹਨਾ ਵੀ ਪੰਜਾਬ ਸਿੰਘ ਨੂੰ ਪੈਣਾ ਦੀ। 10 ਗੁਰੂਆਂ ਦੀ ਸਾਡੀ ਧਰਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਨਾਲ ਨੇ, ਇਹਦੀ ਗੋਡਣੀ ਲਵਾ ਕੇ ਛੱਡਣੀ ਆ ਹਰ ਹਾਲਤ 'ਚ। ਗੋਦੀ ਮੀਡੀਆ ਦੁਆਰਾ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਵੀ ਖਾਲਿਸਤਾਨੀ ਨੇ ਨਿਸ਼ਾਨ ਸਾਹਿਬ ਦੇ ਮੁੱਦੇ ਉਠਾਏ ਜਾ ਰਹੇ ਨੇ, ਜਾਂ ਮੁੜ ਥੋੜ੍ਹੇ ਬਹੁਤੇ ਕੋਈ ਪੋਸਟਰ ਲੱਗਿਆ ਉਹਨੂੰ ਚੱਕ ਕੇ ਦਿਖਾਈ ਜਾਂਦੇ ਨੇ, ਕੀ ਕਹੇਂਗੇ ਉਹ? ਗੋਦੀ ਮੀਡੀਆ ਯਾਰ ਬਕਾਊ ਮਾਲ ਆ, ਉਹਦੀ ਤਾਂ ਗੱਲੇ ਨਾ ਕਰਿਆ ਕਰੋ। ਉਹਨੂੰ ਤਾਂ ਆਪਾਂ ਆਪਣੇ ਕੋਲ ਇੰਨੇ ਪੈਸੇ ਹੈ ਨਹੀਂ, ਉਹਨਾਂ ਤੋਂ ਆਪਾਂ ਜੋ ਮਰਜ਼ੀ ਕਹਾ ਦੇ, ਉਹਨਾਂ ਨੇ ਤਾਂ ਪੈਸੇ ਲੈ ਕੇ ਕਰਨਾ। ਇਹਨਾਂ ਦੀਆਂ ਪ੍ਰੋਪਰਟੀਆਂ ਚੈੱਕ ਕਰ ਲਓ, ਜਦ ਪਹਿਲਾਂ ਇਹ ਸੀਗੇ ਜਿਹਦੇ ਕੋਲ 2 ਕਰੋੜ ਤੇ 400 ਕਰੋੜ ਦਾ ਮਾਲਕ ਬਣਿਆ ਫਿਰਦਾ, ਹਰ ਹਰ ਮੋਦੀ, ਘਰ ਘਰ ਮੋਦੀ, ਮੋਦੀ ਓ ਮੋਦੀ, ਇਹਨਾਂ ਨੇ ਹੀ ਕਰਿਆ ਝੂਠ ਬੋਲ ਬੋਲ। ਤੁਸੀਂ ਦਿਖਾ ਦਿਓ ਉੱਥੇ ਜਾ ਕੇ, ਸਾਡੇ ਨਾਲ ਉਰੇ ਵੜਨ ਵੀ ਨਹੀਂ ਦਿੰਦੇ ਅਸੀਂ ਇਹਨਾਂ ਨੂੰ, ਅਸੀਂ ਨਹੀਂ ਵੜਨ ਦਿੰਦੇ, ਸਾਨੂੰ ਲੋੜ ਹੀ ਨਹੀਂ, ਸਾਡੇ ਕੋਲ ਤੁਹਾਡੇ ਵਰਗੇ ਹੈਗੇ, ਸਾਡੇ ਵਰਗੇ ਭਰਾ, ਤੁਹਾਡੇ ਵਰਗੇ ਭਰਾ ਜਿਹੜੇ ਸੱਚ ਤਾਂ ਦੱਸਦੇ ਨੇ, ਇਹ ਤਾਂ ਅੰਸ਼ ਕੱਢ ਲੈਂਦੇ ਨੇ ਵਿੱਚੋਂ ਵੀ ਆਹ ਦੇਖੋ ਕੀ ਕਹਿਤਾ, ਆਹ ਦੇਖੋ, ਪੂਰੀ ਤਾਂ ਦਿਖਾਉਂਦੇ ਹੀ ਨਹੀਂ ਕਿਤੇ, ਨਾ ਇਹਨਾਂ 'ਚ ਇੰਨੀ ਹਿੰਮਤ ਆ। ਬਕਾਊ ਮਾਲ ਹੈ, ਗੋਦੀ ਮੀਡੀਆ 'ਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਨਰਿੰਦਰ ਮੋਦੀ ਦਾ ਬਿਆਨ ਆਇਆ ਹੈ ਬਈ MSP ਵੀ ਰਹੂਗੀ, ਮੰਡੀਕਰਨ ਵੀ ਰਹੂਗਾ, ਕਿਤੇ ਨਹੀਂ ਜਾਂਦਾ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕਿਸੇ ਦੀਆਂ ਗੱਲਾਂ 'ਚ ਨਾ ਆਉਣ, ਕੀ ਕਹੇ ਯਾਰ? ਉਸ ਗੱਪੀ 'ਤੇ ਕਿਵੇਂ ਇਤਬਾਰ ਕਰ ਲਈ? ਉਹਦੀ ਅੱਜ ਤੱਕ ਇੱਕ ਗੱਲ ਮੈਨੂੰ ਦੱਸ ਦਿਓ ਵੀ ਸੱਚੀ ਨਿਕਲੀ ਹੈ, ਜਾਂ ਉਹ ਸੱਚ ਬੋਲਿਆ ਫਿਰ ਅਸੀਂ ਵੀ ਕਰ ਲਾਂਗੇ ਇਤਬਾਰ, ਅਸੀਂ ਤਾਂ ਇੱਥੇ ਕਰੇ ਨਹੀਂ ਸਕਦੇ। ਝੂਠਾ ਬੰਦਾ, ਝੂਠੇ 'ਤੇ ਨਹੀਂ ਇਤਬਾਰ ਕੀਤਾ। ਜਿਹੜਾ ਪੰਜਾਬ ਇੱਕ ਦੂਜੇ ਦਾ ਬੈਰੀ ਬਣਿਆ ਵਾ ਸੀਗਾ, ਪਿੰਡਾਂ 'ਚ ਧੜੇਬਾਜ਼ੀਆਂ ਸੀਗੀਆਂ, ਪਾਰਟੀਬਾਜ਼ੀ ਸੀ, ਅੱਜ ਉਹ ਬਿਲਕੁਲ ਖਤਮ ਹੋ ਗਈ ਆ। ਹੁਣ ਇੱਥੇ ਕੀ ਲੱਗਦਾ, ਅਸੀਂ ਕੀ ਖੱਟ ਕੇ ਜਾਵਾਂਗੇ, ਅੱਗੇ ਇਤਿਹਾਸ ਕਿੱਦਾਂ ਦਾ ਰਚਿਆ ਜਾਊਗਾ? ਉਹ ਇਹ ਹੈ, ਫਿਲਹਾਲ ਤਾਂ ਜਿਹੜਾ ਆਪਣਾ ਆਪਾਂ ਨੂੰ ਚਾਹੀਦਾ ਹੈ ਸਨਸੀਅਰ ਤਰੀਕੇ ਨਾਲ, ਇੱਥੋਂ ਸਿਰਫ ਕਾਲੇ ਕਾਨੂੰਨ ਰੱਦ ਕਰਾਈਏ, ਜਿਹੜੀ ਸਿਆਸਤ ਨਿਕਲਣੀ ਉਹ ਪੰਜਾਬ 'ਚ ਜਾ ਕੇ ਕੱਢੀਏ, ਜੋ ਪੰਜਾਬ ਦੇ ਲੋਕ ਚਾਹੁਣਗੇ ਉਹ ਹੋ ਜਾਊਗਾ, ਠੀਕ ਹੈ ਨਾ? ਉਰੇ ਰਾਜਨੀਤੀ ਨਾ ਕਰੀਏ, ਇਹ ਤਾਂ ਕਾਲੇ ਕਾਨੂੰਨ ਰੱਦ ਕਰਾਈਏ, ਸਾਰੇ ਪੰਜਾਬ ਦਾ ਮਸਲਾ, ਸਾਰਾ ਪੰਜਾਬ, ਹਰਿਆਣਾ ਇੱਕ ਮੁੱਠ ਨੇ, ਹੋਰ ਵੀ ਸੂਬੇ ਨਾਲ ਨੇ, ਪੰਜਾਬ ਲੀਡ ਕਰ ਰਿਹਾ ਅੱਜ, ਨਰਿੰਦਰ ਮੋਦੀ ਦਾ ਹੰਕਾਰ ਤੋੜਨ ਵਾਸਤੇ ਪੰਜਾਬ ਲੀਡ ਕਰ ਰਿਹਾ। ਦੇਖੋ ਕਿੱਡੀ ਬੜੀ ਕਲਾ ਵਰਤ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਵਰਤਾ ਰਹੇ ਨੇ, ਇਸ ਵਾਸਤੇ ਆਪਾਂ ਤਾਂ ਜਿੰਨੇ ਜੋਗੇ ਹੈਗੇ ਹਾਂ ਡਟ ਕੇ ਪੰਜਾਬ ਦੇ ਨਾਲ ਹਾਂ, ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾਉਣੇ ਹੀ ਕਰਾਉਣੇ ਨੇ, ਜਿਵੇਂ ਮਰਜ਼ੀ ਕਰ ਦੇਣੇ। ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੇਂਗੇ, ਉਹ ਆਪਣੇ ਮਾਧਿਅਮ ਰਾਹੀਂ ਅੱਗੇ ਕਿੱਦਾਂ ਦੇ ਸੰਘਰਸ਼ ਲੜੇ ਜਾਣੇ, ਜਿਹੜਾ ਚੱਲ ਰਿਹਾ ਅੰਦੋਲਨ, ਕੀ ਕਹਿਣਾ ਚਾਹੇਂਗੇ? ਦੇਖੋ ਇਹ ਸ਼ਾਂਤਮਈ ਅੰਦੋਲਨ ਹੈ ਜੀ, ਇਹ ਸ਼ਾਂਤਮਈ ਅੰਦੋਲਨ ਹੈ। ਆਪਾਂ ਪੰਜਾਬ 'ਚ ਜਿਹੜੇ ਰਹਿੰਦੇ ਨੇ ਜਾਂ ਹਰਿਆਣੇ 'ਚ ਨੇ, ਮੇਰੀ ਬੇਨਤੀ ਆ ਉਹਨਾਂ ਨੂੰ ਕਿ ਉਰੇ ਬਾਰੋ ਬਾਰੀ ਬਦਲ ਬਦਲ ਕੇ ਆਈ ਜਾਓ, ਕਈਆਂ ਨੂੰ ਕੰਮ ਹੋ ਜਾਂਦੇ ਨੇ। ਦੇਖੋ ਇੱਕ ਤਾਂ ਬੜੀ ਖੁਸ਼ੀ ਦੀ ਗੱਲ ਆ ਕਿ ਰਸ਼ ਘੱਟ ਨਹੀਂ ਰਿਹਾ, ਰਸ਼ ਦਿਨੋਂ ਦਿਨ ਵੱਧ ਰਿਹਾ, ਅਤੇ ਬਾਕੀ ਲੰਗਰ ਚੱਲ ਰਹੇ ਨੇ, ਕੋਈ ਘਾਟੇ ਨਹੀਂ ਕਿਸੇ ਕਿਸਮ ਦੀ। ਅਤੇ ਬਾਕੀ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ, ਤੁਸੀਂ ਵੀ ਆਓ, ਪੱਗ ਦੀ ਲੜਾਈ ਹੈ ਦਿੱਲੀ ਨਾਲ, ਜੇ ਹੁਣ ਆਪਾਂ ਇਹ ਲੜਾਈ 'ਚ ਹਰਾ ਤੇ ਨਾ ਹੰਕਾਰੇ ਹੋਏ, ਸਿੱਖਾਂ ਨੂੰ ਦੇਖਣ ਵਾਸਤੇ ਲੋਕ ਭੱਜ ਭੱਜ ਆਇਆ ਕਰਨਗੇ ਘਰਾਂ 'ਚੋਂ ਨਿਕਲਣ, ਵੀ ਇਹ ਉਹ ਨੇ ਜਿਨ੍ਹਾਂ ਨੇ ਮੋਦੀ ਦਾ ਅਹੰਕਾਰ ਤੋੜਿਆ ਸੀ। ਇਹ ਆ ਵੀ ਉਰੇ ਆਓ, ਹਾਜ਼ਰੀ ਲਵਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਸਨ ਪਲਵਿੰਦਰ ਤਵਾੜਾ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਥੋਂ ਜਿੱਤ ਕੇ ਹੀ ਜਾਵਾਂਗੇ, ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ, ਇੱਥੋਂ ਕਾਨੂੰਨ ਰੱਦ ਕਰਵਾਏ ਬਗੈਰ ਅਸੀਂ ਨਹੀਂ ਜਾਵਾਂਗੇ। ਕੈਮਰਾਮੈਨ ਮੰਗੇ ਦੇ ਨਾਲ ਮਨਵਿੰਦਰ ਸਿੰਘ ਤਵਾੜਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।